ਪੰਜਾਬ ਭਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਤੋਂ ਬਾਅਦ ਹੁਣ ਘਰੇਲੂ ਅਤੇ ਵਪਾਰਕ ਗੈਸ ਦੀ ਸਪਲਾਈ ਨੂੰ ਲੈ ਕੇ ਹੰਗਾਮਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਸੋ ਗੈਸ ਕੰਪਨੀਆਂ ਦੀਆਂ ਰਿਫਾਇਨਰੀਆਂ ਤੋਂ ਸਪਲਾਈ ਨਾ ਮਿਲਣ ਕਰਕੇ ਏਜੰਸੀਆਂ ਦੀ ਹਾਲਤ ਵੀ ਜਿਹੜੀ ਉਹਨੂੰ ਖਰਾਬ ਹੋਣ ਲੱਗੀ ਹੈ। ਸੂਬੇ ਦੇ ਵਿੱਚ ਸਵੇਰ ਤੋਂ ਹੀ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਜਿਹੜੀ ਹਲਚਲ ਚੱਲ ਰਹੀ ਹੈ। ਭਾਰਤ ਸਰਕਾਰ ਨੇ ਹਾਲ ਹੀ ਦੇ ਵਿੱਚ ਕਈ ਵੱਡੇ ਬਦਲਾਵ ਕੀਤੇ ਹੈ। ਬ੍ਰਿਟਿਸ਼ ਇੰਡੀਅਨ ਪੀਨਲ ਕੋਡ ਨੂੰ ਇੰਡੀਅਨ ਪੀਨਲ ਕੋਡ ਦੇ ਵਿੱਚ ਬਦਲ ਦਿੱਤਾ ਹੈ। ਇਹਨਾਂ ਵਿੱਚੋਂ ਇੱਕ ਪ੍ਰਮੁੱਖ ਜਿਹੜਾ ਬਦਲਾਅ ਹੈ ਉਹ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਨਾਲ ਸੰਬੰਧਿਤ ਹੈ। ਦੇਸ਼ ਦੇ ਵਿੱਚ ਸੜਕ ਹਾਦਸਿਆਂ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੈ ਜਿਹੜੀ 5 ਲੱਖ ਦੇ ਪਾਰ ਪਹੁੰਚ ਗਈ ਹੈ। ਇਸ ਲਈ ਹੁਣ ਹਿੱਟ ਐਂਡ ਰਨ ਮਾਮਲੇ ਵਿੱਚ ਸਜ਼ਾ ਦੀ ਵਿਵਸਥਾ 2 ਸਾਲ ਤੋਂ ਵਧਾ ਕੇ 10 ਸਾਲ ਤੱਕ ਹੈ ਜਿਹੜੀ ਕੀਤੀ ਗਈ ਹੈ ਅਤੇ 7 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਗਿਆ। ਇਹਦੇ ਵਿਰੋਧ ਵਿੱਚ ਦੇਸ਼ ਭਰ ਦੇ ਟਰਾਂਸਪੋਰਟ ਸੰਗਠਨ ਨੇ ਜਿਹੜੇ ਹੜਤਾਲ 'ਤੇ ਜਾ ਚੁੱਕੇ ਹੈ। ਸਪੋਰਟਸ ਐਸੋਸੀਏਸ਼ਨ ਵੱਲੋਂ ਦੇਸ਼ ਭਰ ਦੇ ਵਿੱਚ ਟਰੱਕਾਂ ਟੈਂਪੂਆਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਪ੍ਰਾਈਵੇਟ ਵਾਹਨਾਂ ਨੂੰ ਸੜਕਾਂ 'ਤੇ ਰੋਕ ਕੇ ਗਾਲਾਂ ਵੀ ਜਿਹੜੀਆਂ ਕੱਢੀਆਂ ਜਾ ਰਹੀਆਂ ਨੇ। ਇਸ ਦੌਰਾਨ ਟਰਾਂਸਪੋਰਟ ਸੰਗਠਨਾਂ ਦਾ ਕਹਿਣਾ ਹੈਗਾ ਕਿ ਇਸ ਕਾਨੂੰਨ ਤੋਂ ਬਾਅਦ ਦੇਸ਼ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਟਰਾਂਸਪੋਰਟ ਦੇ ਵਿੱਚ ਡਰਾਈਵਰ ਵਜੋਂ ਕੰਮ ਨਹੀਂ ਕਰੇਗਾ। ਜੇ ਸੰਘਣੀ ਧੁੰਦ ਕਾਰਨ ਕਰਕੇ ਕੋਈ ਹਾਦਸਾ ਵਾਪਰ ਜਾਂਦਾ ਡਰਾਈਵਰ ਨੂੰ ਭਾਰੀ ਸਜ਼ਾ ਭੁਗਤਣੀ ਪਵੇਗੀ। ਟ੍ਰੈਫਿਕ ਜਾਮ ਪੂਰੇ ਦੇਸ਼ ਦੇ ਵਿੱਚ ਹੋ ਚੁੱਕਿਆ ਹੈ। ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਭਰ ਦੇ ਵਿੱਚ 134 ਨੇ ਜਿਹੜੀਆਂ ਟਰਾਂਸਪੋਰਟ ਯੂਨੀਅਨਾਂ ਨੇ ਜਿਹੜੀਆਂ 70,000 ਤੋਂ ਵੱਧ ਟਰੱਕ ਅਤੇ ਟੈਂਪੂ ਚਲਾਉਂਦੀਆਂ ਨੇ। ਤਾਂ ਪੈਟਰੋਲ ਡੀਜ਼ਲ ਤੋਂ ਬਾਅਦ ਹੁਣ ਗੈਸ ਸਿਲੰਡਰ ਦੀ ਜਿਹੜੀ ਵਾਰੀ ਹੈ, ਕਿਉਂਕਿ ਇਹ ਵੀ ਇੱਕ ਗੱਡੀ ਦੇ ਵਿੱਚ ਆਉਂਦਾ ਅਤੇ ਗੱਡੀ ਹੈ ਜਿਹੜੀ ਡੀਜ਼ਲ 'ਤੇ ਚੱਲਦੀ ਹੈ। ਜੇ ਉਹਨਾਂ ਕੋਲ ਡੀਜ਼ਲ ਹੋਏਗਾ ਤਾਂ ਹੀ ਉਹ ਗੈਸ ਸਿਲੰਡਰ ਜਿਹੜੇ ਅੱਗੇ ਸਪਲਾਈ ਕਰਨਗੇ। ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ।